ਚਾਲੀ ਬੱਤੀ ਚਾਲੀ ਬੰਦੇ ਹੋ ਗਏ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ। ਜਿੱਦਾਂ ਕਿ ਤੁਹਾਨੂੰ ਪਤਾ ਮੈਂ ਪੰਜਾਬੀ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਆਉਂਦਾ ਹਾਂ। ਇੱਦਾਂ ਦੀ ਇੱਕ ਅਪਡੇਟ ਆਈ ਹੈ, ਅਰਸ਼ ਚੋਲਾ ਸਾਹਿਬ ਵਿੱਚ ਕਬੱਡੀ ਦਾ ਇੱਕ ਮੈਚ ਹੋ ਰਿਹਾ ਸੀ, ਉਹਦੇ ਵਿੱਚ ਪਹਿਲਾ ਪ੍ਰਾਈਜ਼ 50 ਲੱਖ ਦੀ ਯਾਨੀ ਕਿ 49,78,000 ਦੀ ਗੱਡੀ ਜੈਗੁਆਰ FX ਰੱਖੀ ਗਈ ਸੀ। ਅਤੇ ਇਹ ਗੱਡੀ ਇੰਨੀ ਮਹਿੰਗੀ ਗੱਡੀ ਰੱਖੀ ਗਈ ਹੈ ਔਰ ਜੋ ਕਬੱਡੀ ਦੇ ਮੈਚ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਐਡਾ ਵੱਡਾ ਪ੍ਰਾਈਜ਼ ਦੀ ਚੀਜ਼ ਰੱਖੀ ਗਈ ਹੈ। ਦੇਖੋ ਵੀ ਅੱਜ ਕੱਲ੍ਹ ਜਿਹੜੀ ਕਬੱਡੀ ਕਵੀ ਬਹੁਤ ਮੰਨੀ ਜਾਂਦੀ ਸੀ ਪੰਜਾਬ ਵਿੱਚ, ਹੁਣ ਥੋੜ੍ਹੀ ਜਿਹੀ ਇਸ ਕਬੱਡੀ ਦੇ ਮੈਚ ਵੀ ਥੋੜ੍ਹੇ ਧੁੰਦਲੇ ਪੈਂਦੇ ਜਾ ਰਹੇ ਹਨ, ਇਸੀ ਕਰਕੇ ਸ਼ਾਇਦ ਇਹ ਗੱਡੀ ਰੱਖੀ ਗਈ ਹੈ। ਅਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਨਾਲ ਹੀ ਬੈੱਲ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅਤੇ ਮੈਂ ਇੱਦਾਂ ਦੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦਾ ਰਹਾਂਗਾ। ਤਦ ਤੱਕ ਲਈ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ।